ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਅਸੀਂ ਦੁਮਾਲਾ ਸਿਖਾਉਣ ਜਾ ਰਹੇ ਹਾਂ, ਜਿਸ ਦੇ ਵਿੱਚ ਸਭ ਨਾਲ ਪਹਿਲਾਂ ਅਸੀਂ ਦੁਮਾਲੇ ਦਾ ਬੇਸ, ਜਿਹਨੂੰ ਅਸੀਂ ਬੁੰਗਾ ਵੀ ਕਹਿੰਦੇ ਹਾਂ, ਅਤੇ ਉਹ ਤੁਹਾਨੂੰ ਅਸੀਂ ਕਰਨਾ ਸਿਖਾਵਾਂਗੇ। ਉਸ ਦੇ ਲਈ ਸਭ ਨਾਲ ਪਹਿਲਾਂ ਸਾਨੂੰ ਇੱਕ 6 ਮੀਟਰ ਦੀ ਕੇਸਕੀ ਅਤੇ ਇੱਕ 10 ਜਾਂ 12 ਮੀਟਰ, ਜਿਹੜੇ ਦੁਮਾਲਾ ਵੱਡਾ ਚੜ੍ਹਾ ਸਕਦੇ ਹਨ, 10 ਜਾਂ 12 ਮੀਟਰ ਦਾ ਇੱਕ ਦੁਮਾਲਾ ਚਾਹੀਦਾ ਹੈ। ਅਤੇ ਆਓ ਅਸੀਂ ਹੁਣ ਦੁਮਾਲਾ ਸ਼ੁਰੂ ਕਰਦੇ ਹਾਂ। ਸਭ ਨਾਲ ਪਹਿਲਾਂ ਅਸੀਂ ਕੇਸ ਵਾਵਾਂਗੇ, ਕਿਉਂਕਿ ਕੇਸਾਂ ਦੀ ਸੰਭਾਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਮੇਂ ਸਿਰ ਜੇਕਰ ਅਸੀਂ ਕੇਸ ਵਾਵਾਂਗੇ ਤਾਂ ਹੀ ਸਾਡੇ ਕੇਸ ਵੀ ਸਾਫ਼ ਰਹਿਣਗੇ। ਮਰਿਆਦਾ ਅਨੁਸਾਰ ਵੀ ਹਰ ਇੱਕ ਸਿੱਖ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ, ਰੋਜ਼ਾਨਾ ਡੇਲੀ ਜਿਹਨੂੰ ਕਹਿ ਸਕਦੇ ਹਾਂ ਅਸੀਂ, ਕਿ 2 ਵਾਰ ਕੇਸ ਹਰੇ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਕੀ ਹੈ ਕਿ ਸਾਡੇ ਕੇਸ ਇੱਕ ਸਾਫ਼ ਰਹਿੰਦੇ ਹਨ, ਹੈ ਨਾ। ਆਓ ਅਸੀਂ ਵੀਡੀਓ ਹੁਣ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇੱਕ 6 ਮੀਟਰ ਦੀ ਕੇਸ ਲਵਾਂਗੇ, ਜਿਸ ਦੇ ਨਾਲ ਅਸੀਂ ਗੁੰਗਾ ਚੜ੍ਹਾਵਾਂਗੇ। ਕੀ ਕਰਨਾ, ਜਿਹੜਾ ਉਹਦਾ ਇੱਕ ਸਿਰਾ ਹੁੰਦਾ ਹੈ, ਪਿੱਛੋਂ ਤੋਂ ਲਿਆ ਕੇ ਜਿੰਨੇ ਸਾਡੇ ਕੇਸ ਨੇ, ਪਿੱਛੋਂ ਲਿਆ ਕੇ ਜਿੰਨੇ ਸਾਡੇ ਕੇਸ ਨੇ, ਅਸੀਂ ਉਹਨਾਂ ਕੇਸਾਂ ਨੂੰ ਪਹਿਲਾਂ ਕਵਰ ਕਰ ਲਵਾਂਗੇ। ਕਵਰ ਕਰਨ ਤੋਂ ਬਾਅਦ ਸੈਂਟਰ ਦੇ ਵਿੱਚ ਉੱਪਰ ਹੱਥ ਰੱਖ ਕੇ ਅਸੀਂ ਬੇਸ ਤਿਆਰ ਕਰਾਂਗੇ। ਜਿਹੜਾ ਅਜੂਗਾ ਆ, ਜਿਹੜਾ ਜਿਹਦੇ ਨਾਲ ਅਸੀਂ ਮਾਲਾ ਚੜ੍ਹਾਵਾਂਗੇ, ਜਿਹੜਾ ਸਾਡਾ ਬੇਸ ਹੈ, ਉਹ ਸਾਡੇ ਢੁੰਗਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇਕਰ ਇਹ ਢੁੰਗਾ ਆ ਤਾਂ ਸਾਡੇ ਕੋਲ ਉੱਪਰ ਦੇ ਡੂੰਗਾ ਨਹੀਂ ਚੜ੍ਹਾਇਆ ਜਾਣਾ, ਤੇ ਸਾਡਾ ਦੁਬਾਰਾ ਵੀ ਢਿੱਲਾ ਰਹਿੰਦਾ। ਤੋਂ ਬਾਅਦ ਜਿਹੜਾ ਪਿੱਛੇ ਖੁੱਲਾ ਆ ਉਹਨੂੰ ਅਸੀਂ ਅੱਗੇ ਲਿਆਵਾਂਗੇ, ਅੱਗੇ ਲਿਆ ਕੇ ਬਾਕੀ ਕੇਸਕੀ ਨੂੰ ਅਸੀਂ ਇਹਦੇ ਆਲੇ ਦੁਆਲੇ ਦੁਮਾਲੇ ਦਾ ਕੱਪੜਾ ਤੁਸੀਂ ਜਿਹੜਾ ਮਰਜ਼ੀ ਵਰਤ ਸਕਦੇ ਹੋ, ਚਾਹੇ ਫੁੱਲ ਵੈਲ ਚਾਹੇ ਐਫ ਚੋਪਰ। ਐਫ ਚੋਪਰ ਕੱਪੜਾ ਇਹ ਹੁੰਦਾ ਕਿ ਐਫ ਚੋਪਰ ਕੱਪੜਾ ਥੋੜ੍ਹਾ ਹਲਕਾ ਹੁੰਦਾ, ਥੋੜ੍ਹਾ ਪਤਲਾ ਹੁੰਦਾ ਆ। ਅਸੀਂ ਬੂੰਗੇ ਨੂੰ ਉੱਚਾ ਕਰਨਾ ਚਾਹੁੰਦੇ ਹਾਂ, ਅਸੀਂ ਬੂੰਗਾ ਉੱਚਾ ਕਢਾਉਣਾ ਹੈ ਜਾਂ ਮਾਲਾ ਅਸੀਂ ਉੱਚਾ ਕਢਾਉਣਾ, ਇਹਦੇ ਲਈ ਕੀ ਹੁੰਦਾ ਕਿ ਅਸੀਂ ਇੱਕ ਪੱਲਾ ਖੋਲ੍ਹ ਦੇਣਾ,
ਥੱਲੇ ਨੂੰ ਸਿਰੇ ਤੋਂ ਫੜ ਕੇ, ਇੱਕ ਸਿਰਾ ਥੱਲੇ ਇੱਕ ਸਿਰਾ ਉੱਪਰ, ਉਹ ਅਸੀਂ ਉੱਪਰ ਨੂੰ ਖੋਲ੍ਹੀ ਜਾਣਾ। ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਸਾਡਾ ਬੂੰਗਾ ਸੱਜ ਕੇ ਤਿਆਰ ਆ। ਵੈਸੇ ਇਹ ਬੂੰਗਾ ਅਸੀਂ 8 ਮੀਟਰ ਦਾ ਕੀਤਾ ਆ। ਜਿਵੇਂ ਛੋਟੇ ਬੱਚੇ ਨੇ 6 ਮੀਟਰ ਦਾ ਬੂੰਗਾ ਵੀ, ਇੱਕ ਗੱਲ ਇਹ ਹੈ ਕਿ ਇਹ ਚੌੜਿਆ ਦਾ ਫੋਲਡ ਕਰਕੇ ਬੰਨਿਆ, ਜੇ ਪੈਂ ਲਗਾ ਕੇ ਉਹਨੂੰ ਅਸੀਂ ਫੋਲਡ ਕਰਕੇ ਜਿਹੜਾ ਅਸੀਂ ਬੂੰਗਾ ਇੱਦਾਂ। ਉਸ ਤੋਂ ਬਾਅਦ ਹੁਣ ਅਸੀਂ ਦੁਮਾਮਾ ਸਜਾਵਾਂਗੇ। ਫਿਰ ਅਸੀਂ ਬੂੰਗੇ ਨੂੰ ਕਵਰ ਕਰਾਂਗੇ। ਯਾਰ ਫਿਰ ਅਸੀਂ ਪਿੱਛੇ ਨੂੰ ਕਰ ਲਓ, ਅੱਗੇ ਨੂੰ ਕਵਰ ਕਰਨਾ, ਅੱਗੇ ਪਿੱਛੇ ਨੂੰ ਅਸੀਂ ਕਰਨਾ। ਉਹਦੇ ਨਾਲ ਇੱਕ ਉੱਪਰ ਬੂੰਗੇ ਸਮਾਈ ਆ ਰਹੀ ਹੈ। ਉਸ ਤੋਂ ਬਾਅਦ ਵਿੱਚ ਅਸੀਂ ਕੰਨ ਪੱਟੀਆਂ ਰੱਖਾਂਗੇ। ਕੰਨ ਪੱਟੀਆਂ ਤੁਹਾਡੇ ਹੱਥਾਂ ਉੱਪਰ ਡਿਪੈਂਡ ਕਰਦਾ ਤੁਸੀਂ ਕਿੰਨੀਆਂ ਰੱਖਣੀਆਂ ਚਾਹੁੰਦੇ ਹੋ। ਤਰੀਕਾ ਇਹ ਆ ਪਿੱਛੋਂ ਲਾਗੂ ਲਿਆ ਕੇ ਉੱਪਰੋਂ ਲਾਗੂ ਲਿਆਉਣਾ, ਉੱਪਰੋਂ ਲਿਆ ਕੇ ਦੂਸਰੀ ਸਾਈਡ ਤੋਂ ਦੂਸਰੀ ਥੱਲੇ ਨੂੰ ਲੈ ਕੇ ਰੱਖਾਂਗਾ।
ਲਿਆ ਕੇ ਇਸੇ ਤਰ੍ਹਾਂ ਕੱਪੜਾ ਹੁੰਦਾ ਹੈ ਐਫ 74 ਕੱਪੜਾ ਬਹੁਤ ਹੀ ਜ਼ਿਆਦਾ ਹਲਕਾ ਹੁੰਦਾ
ਤੇ ਜਿਸ ਦੇ ਕਿਉਂਕਿ ਜਦੋਂ ਉਹ ਥੋੜਾ ਜਿਹਾ ਗਿੱਲਾ ਵੀ ਹੁੰਦਾ ਆ ਤੇ ਉਹ ਗਿੱਲਾ ਹੋ ਕੇ ਕੱਪੜਾ ਬਿਲਕੁਲ ਹੀ ਛੋਟਾ ਹੋ ਜਾਂਦਾ, ਸਾਈਜ਼ ਬਿਲਕੁਲ ਛੋਟਾ ਹੋ ਜਾਂਦਾ। ਪਰ ਜਿਹੜਾ ਫੋਨ ਦਾ ਹੈ ਗਿੱਲਾ ਵੀ ਕਰਦਾ, ਉਹ ਗਿੱਲਾ ਕਰਨ ਤੋਂ ਬਾਅਦ ਵੀ ਰਹਿਣਾ ਹੀ ਹੁੰਦਾ, ਕਿਉਂਕਿ ਉਹ ਸਾਈਜ਼ ਦੇ ਜ਼ਿਆਦਾ ਫਰਕ ਨਹੀਂ ਪੈਂਦਾ। ਤੇ ਜਿਹੜੀ ਰੁਬੀਆ ਰੁਬੀਆ ਵੀ ਰੁਬੀਆ ਰੁਬੀਆ ਜਿਹੜਾ ਮੋਟਾ ਕੱਪੜਾ ਹੁੰਦਾ ਹੈ, ਸਾਡੀ ਮੁੱਖੀ ਦੀ ਇੱਕ ਖੁਸ਼ੀ ਸੀ।